ਯਾਰ ਕੀ ਕਰਾਂ, ਪੈਸੇ ਤਾਂ ਹੈ ਨਹੀਂ, ਮੈਂ ਰਿਸ਼ਤਾ ਕਰ ਰਹੀ ਹਾਂ, ਕਿਹੜਾ ਰਸਤਾ ਲੱਭਾ ਬਾਹਰ ਜਾਣ ਦਾ। ਮੇਰੀ ਗੱਲ ਸੁਣੀ ਹੋ ਰਹੀ ਆ ਕੇ? ਹਾਂਜੀ ਦੱਸੋ। ਆਪਣੇ ਬੇਟੇ ਨੇ ਨਾ ਆਪਣਾ ਬੇਟਾ ਆਈਲੈਟਸ ਕਰ ਰਿਹਾ, ਉਹਨੇ ਬਾਹਰੇ ਜਾਣਾ, ਤਾਂ ਆਪਾਂ ਨੂੰ ਨਾ ਹੁਣ ਥੋੜ੍ਹੀ ਜਿਹੀ ਨਾ ਪੈਸਿਆਂ ਦੀ ਦਿੱਕਤ ਆ ਰਹੀ ਹੈ। ਕੋਈ ਨਹੀਂ, ਪੈਸਿਆਂ ਨੂੰ ਤਾਂ ਮੈਂ ਕਿਹਾ ਵਾ ਜੀ, ਪੈਸਿਆਂ ਤਾਂ ਮੈਂ ਲਿਆਉਣੇ ਨੇ 8 ਤਰੀਕ ਤੋਂ, ਅਤੇ ਮੈਂ ਜਾਊਂਗਾ ਲਿਆਊਂਗਾ। ਕੋਈ ਨਹੀਂ, ਠੀਕ ਹੈ ਤੁਸੀਂ ਦੱਸ ਦਿਓ ਵੀ ਕਿੰਨੇ ਪੈਸੇ ਆਪਾਂ ਨੂੰ ਚਾਹੀਦੇ ਨੇ, ਆਪਾਂ ਉਹਨੇ ਫੜ ਲੈਣਾ, ਕੋਈ ਚੱਕਰ ਨਹੀਂ। ਠੀਕ ਹੈ। ਅੱਜ ਮੇਰੀ ਕਲਾਸ ਦਾ ਪਹਿਲਾ ਦਿਨ ਹੈ, ਡਰ ਵੀ ਲੱਗ ਰਿਹਾ ਮੈਨੂੰ ਤਾਂ। ਚਲੋ ਦੇਖਦੇ ਹਾਂ ਕਿਵੇਂ ਲੱਗਦੀ ਅੱਜ ਕਲਾਸ ਪਹਿਲੀ। ਸਹੀ ਵੀ ਲੱਗ ਰਿਹਾ ਮੈਂ। ਚਲੋ ਠੀਕ ਆ ਮੰਮੀ, ਠੀਕ ਆ ਡੈਡੀ, ਮੈਂ ਚੱਲਦਾ। ਪਹਿਲੀ ਕਲਾਸ ਆ ਨਾ ਅੱਜ ਮੇਰੀ, ਮੈਂ ਸਾਜਰੇ ਪਹੁੰਚਦੇ ਵਾਂ। ਧਿਆਨ ਨਾਲ ਜਾਈ ਤੇ ਕਲਾਸ ਵਧੀਆ ਲਾ ਕੇ ਆਈ। ਹਾਂ ਮੈਂ ਕਲਾਸ ਵਧੀਆ ਲੈ ਕੇ ਆਉਂਗਾ। ਅਰੇ ਸ਼ਿਕਾਇਤ ਨਹੀਂ ਆਉਣੀ ਚਾਹੀਦੀ ਤੇਰੀ, ਉੱਥੇ ਕਿਤੇ ਗਲਤ ਸੰਗਤ ਚ ਰਲ ਜੇ। ਵਧੀਆ ਪੜ੍ਹਨਾ, ਅਸੀਂ ਬਾਹਰ ਜਾਏਗਾ ਜੇ ਵਧੀਆ ਪੜ੍ਹੇਗਾ। ਹਾਂ ਡੈਡੀ ਜੀ, ਟੈਨਸ਼ਨ ਨਾ ਹਾਂ, ਲਓ ਤੁਸੀਂ। ਬਸ ਸ਼ਿਕਾਇਤ ਨਾ ਆ ਜੇ ਤੇਰੀ, ਕਹਿੰਦਾ ਵਧੀਆ ਪੜ੍ਹੀ। ਇਸ ਦੀ ਅੱਖਾਂ ਨੇ ਜਾਂ ਟਿਚ ਬਟਨ? ਉਹ ਨਹੀਂ, ਉਹ ਤਾਂ ਬਹੁਤ ਸਾਊ ਹੈ, ਤੈਨੂੰ ਪਤਾ ਕਿੰਨਾ ਰਿਚ ਹੈ, ਉਹਦੇ ਕੋਲ ਆਈਫੋਨ ਵੀ ਹੈ। ਨਾਲੇ ਉਹੀ ਨਹੀਂ ਜਿਹੜਾ ਆਪਣੇ ਆਈਲੈਟਸ ਸੈਂਟਰ 'ਚ ਹੈ? ਨਹੀਂ ਮੈਂ ਤਾਂ ਨਹੀਂ ਨੋਟ ਕੀਤਾ ਕਦੇ ਇਸ ਨੂੰ। ਕੋਈ ਨਹੀਂ, ਕੱਲ੍ਹ ਦੇਖਦੇ ਹਾਂ। ਯਾਰ ਜੇ ਮੇਰੇ ਤੋਂ ਆਈਸ ਕਲੀਅਰ ਨਾ ਹੋਈ ਫਿਰ ਮੈਂ ਕੀ ਕਰਾਂਗੀ, ਉੱਥੇ ਪੈਸੇ ਵੀ ਨਹੀਂ ਹੈਗੇ। ਇਸ 'ਚ ਸੋਚਣ ਵਾਲੀ ਕੀ ਗੱਲ ਹੈ, ਵਧੀਆ ਮੁੰਡਾ ਲੱਭ ਕੋਈ ਜਿਹੜਾ ਵਿੱਚ ਵੀ ਹੋਵੇ ਨਾਲੇ ਸੱਚਾ ਵੀ ਹੋਵੇ। ਅੱਜ ਕੱਲ੍ਹ ਕਿਹੜਾ ਇੰਨੇ ਆਸਾਨ ਲੱਭਦੇ ਨੇ ਹੁੰਦੇ। ਮੈਂ ਬਸ ਇੰਨੀ ਕੀ ਗੱਲ, ਅੱਜ ਤਾਂ ਲੰਘੇ ਆਪਣੇ ਕੋਲ ਇੱਕ ਸਾਊ ਤਾਂ ਹੈਗਾ ਹੀ, ਨਾਲੇ ਉਹਦੇ ਕੋਲ ਪੈਸੇ ਵੀ ਇੰਨੇ ਨਹੀਂ। ਚੱਲ ਦੇਖ। ਡੈਡੀ ਸ੍ਰੀ ਅਕਾਲ। ਸ੍ਰੀ ਅਕਾਲ। ਹੋਰ ਵਧੀਆ ਰਿਹਾ ਅੱਜ? ਹਾਂ ਡੈਡੀ, ਦਿਨ ਤਾਂ ਵਧੀਆ ਰਿਹਾ। ਅੱਛਾ, ਪੜ੍ਹਾਈ ਪੜ੍ਹੂਈ ਵਧੀਆ ਕਰਾਉਂਦੇ ਨੇ? ਹਾਂ ਵਧੀਆ ਕਰਾਉਂਦੇ ਨੇ, ਮੈਡਮ ਵੀ ਸਮਝਾਉਂਦੀ ਹੈ ਵਧੀਆ ਵਧੀਆ ਹੁੰਦਾ। ਨਹੀਂ ਹੁਣ ਆਪਾਂ ਇੰਨੇ ਪੈਸੇ ਭਰੇ ਨੇ, ਜੇ ਨਹੀਂ ਕੋਈ ਪੜ੍ਹਾਉਂਦੇ ਆਪਾਂ ਉਹਨਾਂ ਨੂੰ, ਫਿਰ ਆਪਾਂ ਕਹਾਂਗੇ ਵੀ ਭਾਈ ਇੰਨੇ ਪੈਸੇ ਤੁਸੀਂ ਕਾਹਦੇ ਲੈਂਦੇ ਹੋ ਤੇ ਨਹੀਂ। ਨਾ ਡੈਡੀ ਵਧੀਆ ਕਰਾਉਂਦੇ, ਵਧੀਆ ਪੜ੍ਹਾਉਂਦੇ ਨੇ। ਹਾਂ ਹਾਂ ਵਧੀਆ ਡੈਡੀ ਪੜ੍ਹਨਾ ਪੁੱਤ ਦਿਲ ਲਾ ਕੇ। ਮੈਂ ਕਹਿੰਦਾ ਡੈਡੀ ਪੈਸਾ ਕਰਜ਼ਾ ਬਹੁਤ ਆਪਣੇ ਸਿਰ ਪਹਿਲਾਂ ਹੀ। ਹਾਂ ਡੈਡੀ ਮੈਨੂੰ ਪਤਾ ਜੀ, ਤੇ ਹੁਣ ਫੇਰ ਕਰਜ਼ਾ ਚੱਕਣਾ ਆਪਾਂ ਦੁਬਾਰੇ, ਜਦ ਬਾਹਰ ਭੇਜਣਾ ਤੈਨੂੰ ਫੇਰ ਪੈਸਿਆਂ ਦੀ ਲੋੜ ਪੈਣੀ ਹੈ ਆਪਾਂ ਨੂੰ। ਹਾਂ ਡੈਡੀ ਉਹ ਤੂੰ ਟੈਨਸ਼ਨ ਨਾ ਲੈ, ਮੈਂ ਕੋਈ ਨਹੀਂ, ਮੈਂ ਹੋ ਜਾਊਂਗਾ ਪਾਸ, ਵਧੀਆ ਬੈਂਡ ਲੈ ਕੇ ਆਊਂਗਾ। ਜਦ ਮਨ ਲਾ ਕੇ ਪੜ੍ਹੇਗਾ ਵਧੀਆ ਹੋਊਗਾ ਕਿ ਨਹੀਂ? ਹਾਂ ਡੈਡੀ ਸਹੀ ਗੱਲ ਆ ਤੁਹਾਡੀ। ਤੇਰੇ ਵੱਡੇ ਵੱਡੇ ਸੁਪਨੇ ਨੇ ਤੇਰੇ, ਉਹ ਤਾਂ ਹੀ ਪੂਰੇ ਹੋਣਗੇ ਜੇ ਪੜ੍ਹੇਗਾ, ਪੜ੍ਹ ਲਿਖ ਕੇ ਬਾਹਰ ਜਾਏਗਾ ਤਾਂ ਹੀ ਜਾਏਗਾ ਬਾਹਰ ਜੇ ਪੜ੍ਹੇਗਾ। ਕਿਸੇ ਨੂੰ ਨਹੀਂ ਪਤਾ ਪੁੱਤ ਵੀ ਆਪਣੇ ਸਿਰ ਇੰਨਾ ਕਰਜ਼ਾ ਏ, 3 ਕਿੱਲੇ ਪਹਿਲਾਂ ਆਪਣੇ ਗਹਿਣੇ ਪਏ ਨੇ, ਹੁਣ ਜਦ 2 ਕਿੱਲੇ ਤੈਨੂੰ ਫਿਰ ਪੈਸਿਆਂ ਦੀ ਲੋੜ ਆ, ਫਿਰ 2 ਕਿੱਲੇ ਮੈਨੂੰ ਗਹਿਣੇ ਰੱਖਣੇ ਪੈਣਗੇ। ਕਿਸੇ ਨੂੰ ਨਹੀਂ ਪਤਾ ਇਹ ਗੱਲ ਦਾ ਪੁੱਤ, ਐ ਦਿਲ ਲਾ ਕੇ ਤੈਨੇ, ਤਾਂ ਹੀ ਆਪਣਾ ਕਰਜ਼ਾ ਉਤਰੂਗਾ, ਜਿਹੜੇ ਜ਼ਮੀਨ ਆਪਣੀ ਫਿਰ ਤਾਂ ਹੀ ਛਡਾਊਗੀ ਪੁੱਤ ਉਹ। ਸਹੀ ਗੱਲ ਆ ਡੈਡੀ, ਉੱਥੇ ਵੀ ਕਿਸੇ ਨੂੰ ਨਹੀਂ ਪਤਾ ਹੈਗਾ, ਹਲ ਤਾਂ ਮੇਰੀ ਕਿਸੇ ਨਾਲ ਦੋਸਤੀ ਨਹੀਂ ਹੋਈ। ਹਲ ਤਾਂ ਅਗਲੇ ਨੂੰ ਆਈਫੋਨ ਦੇਖਿਆ, ਅਗਲੇ ਨੂੰ ਆਇਆ ਵੀ ਮੈਂ ਰਿਚ ਆ, ਅਮੀਰ ਆ, ਪਰ ਉਹਨਾਂ ਨੂੰ ਕੀ ਪਤਾ ਆਪਾਂ ਗਰੀਬ ਆ। ਫੋਨ ਦਬਾਇਆ, ਤੈਨੇ ਕਿਹਾ ਵੀ ਡੈਡੀ ਫੋਨ ਚਾਹੀਦਾ, ਵੀ ਮੈਨੂੰ ਬੜਾ ਫੋਨ, ਤੈਨੂੰ ਫੋਨ ਦਬਾਇਆ ਜਿਵੇਂ, ਠੀਕ ਆ, ਲੋਕਾਂ ਨੂੰ ਤਾਂ ਐ ਵੀ ਪਤਾ ਨਹੀਂ ਕਿੰਨੇ ਕੁ ਪੈਸੇ ਨੇ ਇਹਨਾਂ ਦਾ ਵੀ, ਪਰ ਆ ਮੈਨੂੰ ਪਤਾ ਵੀ ਆਪਾਂ ਕਿਵੇਂ, ਤੈਨੂੰ ਪੜ੍ਹਾਈ ਕਿੰਨੀ ਕਰਾਈ ਆ, ਕਿੰਨਾ ਖਰਚਾ ਹੋਇਆ ਤੇਰਾ ਸਾਰਾ। ਸਹੀ ਗੱਲ ਹੈ ਡੈਡੀ, ਹੁਣ ਐ ਲਾਂਬੇ ਵਾਲਾ ਪੁੱਤ ਕੰਮ ਨਾ ਕਰੀ, ਠੀਕ ਆ, ਵਧੀਆ ਪੜ੍ਹਨਾ ਐਨ, ਤੇ ਆਪਣੇ ਸ਼ਰੀਕੇ ਵਾਲੇ ਨੂੰ ਦਿਖਾਉਣਾ ਵੀ ਹਾਂ ਮੁੰਡਾ ਪੜ੍ਹ ਲਿਖ ਕੇ ਬਾਹਰ ਗਿਆ।
ਹਾਂ ਡੈਡੀ ਕੋਈ ਨੀ ਟੈਨਸ਼ਨ ਨਾ ਲਓ, ਇਹ ਤਾਂ ਇਹ ਤਾਂ ਫਿਰ ਗੱਲਾਂ ਪੜਾਉਣਗੇ ਫਿਰ ਵੀ ਹਾਂ ਉਰੀ ਵਰ ਰਿਹਾ ਮੁੰਡਾ ਇਹਨਾਂ ਦਾ ਆਹ ਕਰਦਾ ਫਲਾਣਾ ਕਰਦਾ, ਉਹਨਾਂ ਨੂੰ ਕਰਕੇ ਦਿਖਾਈ ਪੁੱਤ ਵੀ ਹਾਂ ਨਹੀਂ ਡੈਡੀ ਮੈਂ ਬਾਹਰ ਵੱਗ ਗਿਆ ਹਾਂ ਕਰੂੰਗਾ ਮੈਂ ਕੁਛ ਤਾਂ ਕਰੂੰਗਾ ਜੋ ਮੈਂ ਅੱਜ ਹਿੱਲਾ ਕਰਾਂ ਬਾਹਰ ਜਾਉਂਦਾ ਮੈਂ ਹਿੱਲਾ ਕਰੂੰਗਾ। ਪੈਸੇ ਪੈਸਿਆਂ ਦੀ ਕੋਈ ਟੈਨਸ਼ਨ ਨਾ ਲਈ ਤੂੰ, ਪੈਸੇ ਮੈਂ ਆਪੇ ਜਿੱਥੋਂ ਮਰਜ਼ੀ ਕਰਾਂ ਅਰੇਂਜਮੈਂਟ ਮੈਂ ਆਪੇ ਕਰੂੰਗਾ ਪੈਸੇ, ਬਸ ਤੂੰ ਪੜ੍ਹਾਈ ਤੱਕ ਧਿਆਨ ਦੇਣਾ ਤੈਨੂੰ, ਠੀਕ ਹੈ ਪੁੱਤ? ਠੀਕ ਹੈ ਡੈਡੀ ਠੀਕ। ਉਹ ਦੇਖ ਉਹੀ ਨਹੀਂ ਆਪਣੇ ਆਰਟਸ ਕਲਾਸ ਵਾਲਾ ਜਿਹਦੇ ਬਾਰੇ ਮੈਂ ਤੈਨੂੰ ਕਹਿ ਰਹੀ ਸੀ। ਹਾਂ ਇਹ ਤਾਂ ਉਹੀ ਹੈਗਾ, ਚਲ ਅੱਜ ਤੇਰੀ ਗੱਲ ਕਰਾਂਗੇ ਯਾਰ ਤੂੰ ਕਰ, ਮੈਨੂੰ ਤਾਂ ਡਰ ਲੱਗਦਾ ਮੈਂ ਤਾਂ ਕਦੇ ਕਿਸੇ ਮੁੰਡੇ ਨਾਲ ਗੱਲ ਵੀ ਨਹੀਂ ਕੀਤੀ। ਚਲ ਆ ਜਾ ਕੁਛ ਨਹੀਂ ਹੁੰਦਾ ਹੈਗਾ, ਜਾ ਤੂੰ ਪਹਿਲਾਂ ਖੁਦ ਕਰ। ਓਏ ਪਛਾਣਿਆ ਨਹੀਂ ਮੈਨੂੰ? ਤੁਸੀਂ ਕੌਣ? ਨਹੀਂ ਪਛਾਣਦਾ ਮੈਨੂੰ। ਹਾਂ ਤੁਸੀਂ ਆਈਲੈਟਸ ਤੇ ਕਲਾਸ ਚ ਬੈਠੇ ਸੀ ਮੇਰੇ। ਹਾਂ ਅੱਛਾ ਕਲਾਸਮੇਟ ਹੋ? ਹਾਂਜੀ ਹਾਂਜੀ। ਉਹ ਕੁੜੀ ਦੇਖ ਰਹੀ ਹੈ ਤੈਨੂੰ? ਦਿਖਤਾ ਰਹੀ ਹੈ ਜੀ। ਉਹ ਤੈਨੂੰ ਲਾਈਕ ਕਰਦੀ ਹੈ? ਕੀ ਹੋਇਆ? ਪਰ ਮੈਂ ਤਾਂ ਨਹੀਂ ਕਰਦਾ ਜੀ ਲਾਈਕ। ਤੂੰ ਤਾਂ ਜਮਾਈ ਕੁੜੀ ਬਣੀ ਬੈਠਾ, ਐਡਾ ਨਹੀਂ ਸੋਚੀ ਤੂੰ। ਕੁੜੀ ਦੇਖ ਕਿੰਨੀ ਚੰਗੀ ਹੈ, ਕਿੰਨੀ ਸੋਹਣੀ ਹੈ, ਕਿੰਨੀ ਵਧੀਆ ਹੈ, ਨਾਲੇ ਉਹ ਵੀ ਆਇਲਸ ਕਰੇ, ਜੇ ਉਹਦੀ ਆਇਲਸ ਹੋਊਗੀ ਉਹ ਤੈਨੂੰ ਨਾਲ ਬਾਹਰ ਲੈ ਜਾਊਗੀ। ਇਹ ਗੱਲ ਤਾਂ ਜੀ ਤੁਹਾਡੀ ਠੀਕ ਆ। ਐਨਾ ਨਹੀਂ ਸੋਚਦੇ ਹੁੰਦੇ, ਦੇਖ ਕਿੰਨੀ ਵਧੀਆ ਕੁੜੀ ਆ। ਪਰ ਮੇਰੇ ਡੈਡੀ ਨੇ ਵੀ ਕਿਹਾ ਸੀ ਵੀ ਤੂੰ ਆਈਲੈਟਸ ਨਾ ਕੱਢੀ, ਮਨ ਤਾਂ ਉਹਨੇ ਅਸੀਂ ਗੋਹੇ ਗੂਹੇ ਕੇ ਲਾ ਦੇਣਾ। ਮੈਂ ਤਾਂ ਫਿਊਚਰ ਬਾਰੇ ਵੀ ਸੋਚਣਾ, ਕੁੜੀ ਦੇਖ ਕਿੰਨੀ ਵਧੀਆ ਹੈ, ਉਹ ਵੀ ਆਇਲਸ ਕਰ ਰਹੀ ਹੈ ਨਾਲ। ਅੰਤੀ ਗੱਲ ਤਾਂ ਤੁਹਾਡੀ ਸਹੀ ਹੈ ਸਾਜੀ, ਪਰ ਮੈਨੂੰ ਨਾ ਡਰ ਜਿਹਾ ਲੱਗਦਾ, ਮੈਂ ਕਦੇ ਗੱਲ ਨਹੀਂ ਕੀਤੀ ਹੈ। ਗੱਲ ਮੈਂ ਕਰਾ ਰਹੀ ਹਾਂ ਨਾ। ਪੱਕਾ? ਹਾਂਜੀ। ਦੇਖ ਲਓ ਉਹਦੀ ਵੀ ਆਈਲੈਟਸ ਨਿਕਲੀ, ਮੈਨੂੰ ਲੈ ਜਾਓ ਬਾਹਰ। ਮੈਂ ਉਹੀ ਗੱਲ ਕਹਿ ਰਹੀ ਹਾਂ, ਮੈਂ ਗੱਲ ਕਰਾ ਤੇ ਰਹੀ ਹਾਂ ਤੁਹਾਡੀ, ਉਹਨੇ ਮੈਨੂੰ ਭੇਜਿਆ। ਕਿਉਂਕਿ ਧੋਖਾ ਨਾ ਦੇ ਦਿਓ ਮੈਨੂੰ। ਤੂੰ ਟੈਨਸ਼ਨ ਨਾ ਲੈ, ਮੈਂ ਉਹਨੂੰ ਬੁਲਾਉਂਦੀ, ਤੁਸੀਂ ਆਪਸ 'ਚ ਗੱਲ ਕਰ ਲਓ, ਠੀਕ ਹੈ? ਠੀਕ ਹੈ ਜੀ। ਸਮਝਣਾ ਸ਼ੁਕਰੀਆ। ਹੈਲੋ। ਸਤਿ ਸ਼੍ਰੀ ਅਕਾਲ ਜੀ। ਅੱਛਾ ਤੂੰ ਮੈਨੂੰ ਪਸੰਦ ਕਰਦਾ ਹੈ? ਹਾਂਜੀ। ਤੂੰ ਸਾਨੂੰ ਦੇਖਿਆ ਕਦੀ? ਤੂੰ ਉਸ ਦਿਨ ਸਾਡੇ ਕੋਲੋਂ ਵੀ ਲੰਘਿਆ ਸੀਗਾ। ਹਾਂ ਮੈਂ ਤੁਹਾਨੂੰ ਇੱਕ ਦੋ ਵਾਰ ਕਲਾਸ 'ਚ ਵੀ ਦੇਖਿਆ, ਅਤੇ ਮੈਂ ਤਾਂ ਪਸੰਦ ਵੀ ਮੈਂ ਕਰਦਾ। ਅੱਛਾ ਚੱਲ ਦੱਸ, ਹੋਰ ਕੁਛ ਖਾਣ ਪੀਣ ਚੱਲੀਏ? ਤੁਸੀਂ ਖਾਓਗੇ? ਚੱਲਦੇ ਆਪਾਂ, ਪੈਸੇ ਮੇਰੇ ਕੋਲ ਬਾਕੀ ਨੇ। ਚਲੋ ਚੱਲੀਏ। ਠੀਕ ਹੈ। ਬਾਪੂ। ਹਾਂ ਪੁੱਤ। ਮੈਂ ਤੈਨੂੰ ਘਰੇ ਵੀ ਦੇਖ ਕੇ ਆਇਆ, ਤੂੰ ਘਰੇ ਵੀ ਨਹੀਂ ਮਿਲਿਆ ਮੈਨੂੰ। ਤੇਰਾ ਜਿਹੜੇ ਕੰਮ ਕਰਨੇ ਨੇ ਇਹ ਕੌਣ ਕਰੂਗਾ? ਉਹ ਤਾਂ ਠੀਕ ਆ, ਕੰਮ ਤਾਂ ਕਰਨੇ ਨੇ। ਅੱਜ ਮੇਰੇ ਪੈਸੇ ਲੱਗ ਗਏ। ਅੱਛਾ। ਹਾਂ ਮੈਂ ਥੋੜਾ ਜਿਹਾ ਖਾਣ ਪੀਣ ਲੱਗ ਗਿਆ, ਤਾਂ ਪਤਾ ਨਹੀਂ ਉਹਨਾਂ ਨੇ ਵੱਧ ਪੈਸੇ ਮੰਗ ਲਏ, ਪੈਸਿਆਂ ਦੀ ਲੋੜ ਆ। ਜਿਹੜੇ ਤੈਨੂੰ ਉਹਦੇ ਦਿੱਤੇ ਤੇ ਉਹ ਪੈਸੇ ਚੱਲੀ ਜਾਂਦੇ ਨੇ ਹੁਣ। ਇੰਨਾ ਖਰਚ ਨਾ ਕਰਿਆ ਕਰ ਪੁੱਤ, ਬਹੁਤ ਕਰਜ਼ਾ ਆਪਣੇ ਸਿਰ ਪਹਿਲਾਂ ਹੀ। ਥੋੜੇ ਜਿਹੇ ਦੇ ਦਿਓ। ਚੱਲ ਲੈ ਲੈ ਲੈ, ਦੇਖ ਕੇ ਖਰਚੀ ਫਿਰ। ਹਾਂ ਕੋਈ ਨਹੀਂ, ਮੈਂ ਦੇਖ ਕੇ ਖਰਚਾ। ਮੈਂ ਤਾਂ ਘਰੇ ਵੀ ਦੇਖ ਕੇ ਆਇਆ ਤਾ, ਘਰੇ ਤੂੰ ਮੈਨੂੰ ਮਿਲਿਆ ਹੀ ਨਹੀਂ, ਮੈਂ ਸੋਚਿਆ ਚੱਲ ਪੜ੍ਹਿਆ ਕਰ ਚੰਗਾ। ਹਾਂ ਹਾਂ ਬਸ ਹੁਣ ਜਾ ਕੇ ਕੱਪੜੇ ਕੁੱਪੜੇ ਕੱਢ ਕੇ ਪੈਂਦਾ ਮੈਂ, ਪੜ੍ਹ ਕੇ ਹੀ ਆਇਆ ਤਾ ਹੁਣ ਮੈਂ। ਪੈਸੇ ਜਿਹੜੇ ਲਫੰਗੇ ਨੇ ਉਹਨਾਂ ਨਾਲ ਨਾ ਜ਼ਿਆਦਾ ਫਿਰਿਆ ਕਰ। ਨਾ ਨਾ ਲਫੰਗਿਆਂ ਨਾਲ ਤਾਂ ਮੈਂ ਹੈ ਹੋਣੀ, ਆਪਾਂ ਤਾਂ ਲੰਡਰ ਮੁੰਡਿਆਂ ਨਾਲ ਹੈ ਨਹੀਂ ਡੈਡੀ। ਨਾਲੇ ਕੰਮ ਧੰਦਾ ਕਰਾ ਦਿਆ ਕਰ ਮੇਰੇ ਨਾਲ ਮਾੜਾ ਮੋਟਾ ਆ ਕੇ ਉੱਥੋਂ। ਉਹ ਤਾਂ ਕੋਈ ਨਹੀਂ, ਹੁਣ ਜੇ ਮੈਂ ਉੱਧਰ ਪੈ ਗਿਆ ਫਿਰ, ਜੇ ਇੱਧਰ ਪੈ ਗਿਆ ਉੱਧਰ ਪੈ ਗਿਆ, ਤੁਹਾਨੂੰ ਪਤਾ ਕਿੱਥੇ ਹੋਣਾ ਕੰਮ ਫਿਰ। ਚੱਲ ਹੱਥ ਮੈਂ ਸਵੇਰੇ ਦਾ ਮਾੜਾ ਮੋਟਾ ਤਾਂ ਕਰਾ ਸਕਦਾ। ਚੱਲ ਠੀਕ ਹੈ।
ਚੱਲ ਠੀਕ ਆ, ਮੈਂ ਘਰੇ ਜਾ ਕੇ ਸੌਂਦਾ, ਠੀਕ ਆ। ਫਿਰ ਮੈਂ ਕਹਿੰਦਾ ਜਾ ਕੇ ਪੜ ਲੈ, ਇੰਨੇ ਖਰਚ ਕਰਾਇਆ ਵਾ, ਪੈਸੇ ਪਹਿਲਾਂ ਹੀ ਬਹੁਤ ਲੱਗ ਗਏ। ਕਹਿੰਦਾ ਸੌਂਦਾ ਜਾ ਕੇ ਮੈਂ। ਹੁਣ ਤਾਂ ਆਇਆ ਮੈਂ ਹਲੇ, ਹੁਣ ਮੈਂ ਘਰ ਤੁਹਾਨੂੰ ਦੇਖਿਆ ਤੁਸੀਂ ਹੈ ਨੀ, ਤੇ ਮੈਂ ਹੁਣ ਤਾਈ ਬਾਹਰ ਆਇਆ, ਹੁਣ ਮੈਂ ਜਾ ਕੇ ਕੱਪੜੇ ਕੱਢ ਕੇ ਸੌਣਾ ਬਸ। ਪੜ੍ਹਾਈ ਕਰ ਲਿਆ ਕਰ। ਬਸ ਮੈਂ ਕਰ ਲੂੰਗਾ, ਪਹਿਲਾਂ ਹੀ ਇੰਨਾ ਕਰਜ਼ਾ ਏ, ਉੱਤੋਂ ਇੰਨੇ ਪੈਸੇ ਪਹਿਲਾਂ ਭਰਾ ਤੇ ਉਹਨੇ, ਹਜੇ ਕਹਿੰਦਾ ਮੈਂ ਸੋਣਾ ਆ ਹੁਣ ਸਾਰ। ਐ ਨੀ ਕਿਹਾ ਵੀ ਬਾਪੂ ਚੱਲ ਮੈਂ ਕੰਮ ਕਰਦਾ ਕੋਈ ਕਰਾਰਾ ਮਾੜਾ ਮੋਟਾ, ਮੈਨੂੰ ਤਾਂ ਐ ਨੀ ਪਤਾ ਬਣੂਗਾ ਕੀ ਮੁੰਡੇ ਦਾ। ਕਹਿੰਦਾ ਯਾਰ ਮੇਰੀ ਆਈਲੈਟਸ ਦਾ ਨਾ ਕਲੀਅਰ ਹੋਣ ਵਾਲੀ ਹੈ, ਪਰ ਘਰ ਦੀ ਸਿਚੁਏਸ਼ਨ ਕਰਕੇ ਕੋਈ ਪੈਸਾ ਲਗਾਉਣ ਵਾਲਾ ਹੈ ਨਹੀਂ। ਕੋਈ ਨਹੀਂ ਜੀ, ਮੈਂ ਹੈਗਾ, ਮੈਂ ਲਾਉਂਗਾ ਤੁਹਾਡੇ ਤੇ ਪੈਸੇ, ਤੁਸੀਂ ਟੈਨਸ਼ਨ ਨਾ ਲਓ। ਮੈਂ ਹੈਗਾ ਨਾ, ਮੈਂ ਸਾਰੇ ਪੈਸੇ ਲਾਉਂਗਾ, ਨਾਲੇ ਮੈਨੂੰ ਪਤਾ ਮੇਰੇ ਤੋਂ ਆਈਲੈਟਸ ਕਲੀਅਰ ਨਹੀਂ ਹੋਣੀ ਜੀ, ਠੀਕ ਆ। ਤਾਂ ਕਰਕੇ ਮੈਂ ਸੋਚਿਆ ਵੀ ਨਾਲੇ ਜੀ ਆਪਾਂ ਵਿਆਹ ਵੀ ਕਰਾਉਣਾ ਅੱਗੇ ਜਾ ਕੇ, ਹੈ ਨਾ, ਵੀ ਮੈਂ ਚੱਲ ਤੁਹਾਨੂੰ ਬਾਹਰ ਭੇਜਦਾ, ਆਈਲੈਟਸ ਕਰਾ ਕੇ ਤੁਸੀਂ ਬਾਅਦ 'ਚ ਮੈਨੂੰ ਬੁਲਾਓਗੇ, ਆਪਾਂ ਵਿਆਹ ਕਰਾ ਲਾਂਗੇ ਬਾਹਰ, ਹੈ ਨਾ। ਚਲੋ ਠੀਕ ਆ, ਫਿਰ ਫਿਰ ਮੈਂ ਆਪਣੇ ਡੈਡੀ ਨਾਲ ਗੱਲ ਕਰਦਾ, ਤੇ ਮੈਂ ਕੋਈ ਨਹੀਂ ਮੈਂ ਪੈਸੇ ਲੈਣੇ ਜੀ, ਠੀਕ ਆ। ਹਾਂਜੀ। ਅੱਛਾ ਯਾਰ ਮੈਨੂੰ ਨਾ ਥੋੜੇ ਪੈਸਿਆਂ ਦੀ ਲੋੜ ਹੈ, ਮੈਨੂੰ ਦੇ ਦੇ। ਲਓ ਜੀ, ਤੁਸੀਂ ਟੈਨਸ਼ਨ ਨਾ ਲਓ, ਮੇਰੇ ਹੁੰਦੇ ਕਾਹਦੀ ਟੈਨਸ਼ਨ, ਨਾ ਲਓ, ਬਾਪੂ ਤੋਂ ਮੰਗ ਕੇ ਲੈ ਕੇ ਆਉਂਦਾ ਮੈਂ ਤਾਂ ਪੈਸੇ ਤੁਹਾਡੇ ਵਾਸਤੇ। ਚਲੋ ਆਪਾਂ ਚੱਲੀਏ। ਹਾਂਜੀ ਚੱਲੀਏ, ਚਲੋ ਠੀਕ। ਤੇਰੇ ਨਾਲ ਤਾਂ ਮੇਰੇ ਬਹੁਤ ਸੁਪਨੇ ਆ ਜਿਹੜੇ ਮੈਂ ਪੂਰੇ ਕਰਨੇ ਆ। ਪਿਆਰ ਦੇ ਲੱਗਦੇ ਆ ਜਿਹੜੇ ਇੰਨੇ ਪੈਸੇ ਪੜ੍ਹਾਈ ਤੇ ਖਰਚ ਕਰਾਤੇ, ਉਹ ਹੁਣ ਆਈਲੈਂਡ ਕੁੜੀ ਕਰੂਗੀ। ਬਾਪੂ ਆਹੀ ਗੱਲ ਤਾਂ ਤੂੰ ਸਮਝ ਨਹੀਂ ਰਿਹਾ, ਜੇ ਕੁੜੀ ਨੇ ਕੱਢੀ ਹੋਈ ਆ ਉਹ ਬਾਹਰ ਜਾ ਰਹੀ, ਆਪਾਂ ਪੈਸਾ ਲਾਵਾਂਗੇ, ਮੈਨੂੰ ਬਾਹਰ ਲੈ ਕੇ ਜਾਊਗੀ ਉਹ। ਜਿਹੜਾ ਤੈਨੇ ਮੈਨੂੰ ਕਰਜਾਈ ਕਰਾਤਾ ਪਹਿਲਾਂ ਹੀ ਤੂੰ ਕੁੜੀ ਲੱਭ ਲੈਂਦਾ, ਇਹ ਪੈਸੇ ਤਾਂ ਬਚ ਜਾਂਦੇ ਜਿਹੜੇ ਤੇਰੇ ਪੜ੍ਹਾਈ ਤੇ ਇੰਨੇ ਖਰਚ ਕਰ ਬੈਠਿਆ ਮੈਂ ਪਹਿਲਾਂ ਹੀ। ਬਾਪੂ ਚੱਲ ਤਾਂ ਕੀ ਹੋ ਗਿਆ, ਮੈਨੂੰ ਪੱਕਾ ਬਾਹਰ ਲੈ ਕੇ ਜਾਊਗੀ, ਪਿਆਰ ਕਰਦੀ ਆ, ਮੈਨੂੰ ਦਿਲੋਂ ਪਿਆਰ ਕਰਦੀ ਆ। ਕੋਈ ਬਾਹਰ ਬੋਰ ਨੀ, ਉੱਥੇ ਜਾ ਕੇ ਭੁੱਲ ਜੂਗੀ, ਫਿਰ ਦੇਖੇਗਾ, ਪਹਿਲਾਂ ਹੀ ਇੰਨਾ ਕਰਜ਼ਾ ਭੁੱਲਦੀ, ਸਾਰਾ ਕੁਛ ਵਿਕ ਜੂਗਾ ਘਰ ਦਾ। ਬਾਪੂ ਨੇ ਤੂੰ ਪੈਸਿਆਂ ਦਾ ਹਿੱਲਾ ਕਰ, ਆੜਕੇ ਕੋਲ ਜਾ, ਇੱਕ ਵਾਰ ਤਾਂ ਤੂੰ ਪੈਸੇ ਲੈ ਕੇ ਆ, ਆਪਾਂ ਕੁੜੀ ਨੂੰ ਦੇ ਦਿੰਦੇ ਆ, ਆਪਾਂ ਉਹ ਮੇਰੇ ਨਾਲ ਵਿਆਹ ਕਰਾ ਕੇ ਉਹ ਮੈਨੂੰ ਬਾਹਰ ਲੈ ਕੇ ਜਾਊਗੀ, ਤੂੰ ਸਮਝਦਾ ਕਿਉਂ ਨੀ ਬਾਪੂ। ਬਾਪੂ ਮੰਨ ਜਾ ਯਾਰ, ਬਾਪੂ ਮੰਨ ਜਾ। ਚੱਲ ਕੋਈ ਨੀ, ਪੈਸਿਆਂ ਦਾ ਮੈਂ ਕਰ ਦੂੰਗਾ, ਪਰ ਜੇ ਕੱਲ ਨੂੰ ਆਪਾਂ ਨੂੰ ਉੱਥੇ ਨਹੀਂ ਤੈਨੂੰ ਬੁਲਾਉਂਦੀ ਉਹ, ਫਿਰ ਤੂੰ ਜ਼ਿੰਮੇਵਾਰ ਹੋਏਗਾ, ਨਾਲੇ ਆਪਣੇ ਸਿਰ ਚੜ੍ਹ ਗਿਆ ਇੰਨਾ ਕਰਜ਼ਾ, ਹੋਰ ਚੜ੍ਹ ਜੂਗਾ। ਬਾਪੂ ਬੁਲਾਉਗੀ ਮੈਨੂੰ ਉਹ, ਮੈਂ ਕਹਿੰਦਾ ਪੱਕਾ ਬੁਲਾਉਗੀ, ਫਿਰ ਤੂੰ ਜ਼ਿੰਮੇਵਾਰ ਹੋਏਗਾ ਪੁੱਤ। ਹਾਂ ਮੈਂ ਜ਼ਿੰਮੇਵਾਰ। ਹਾਂ ਤੂੰ ਪੈਸਿਆਂ ਦਾ ਹਿੱਲਾ, ਕੋਈ ਨਾ ਮੈਂ ਪੈਸਿਆਂ ਦਾ ਕਰ ਦਿੰਦਾ, ਮੈਂ ਜਾਂਦਾ ਫਿਰ ਅੜਤੀ ਲਵੇ। ਬਾਪੂ ਟੈਨਸ਼ਨ ਨਾ ਲੈ ਹੁਣ ਤਾਂ, ਫਿਰ ਤੂੰ ਕੋਈ ਨੀ ਚੱਲ ਮੈਂ ਕਰਦਾ, ਪਰ ਹੁਣ ਜਾ ਕਰ ਨੂੰ ਤੂੰ, ਕੋਈ ਨੀ। ਬਾਪੂ ਠੀਕ ਆ, ਹੁਣ ਤਾਂ ਮੈਂ ਘਰੇ ਜਾਂਦਾ ਖੁਸ਼ ਹੋ ਕੇ। ਬਾਪੂ ਯਾਰ ਥੈਂਕ ਯੂ ਯਾਰ, ਬਾਪੂ ਲਿਆਇਆ ਮੈਂ ਪੈਸੇ ਹੁਣ ਤੇਰੇ ਵਾਸਤੇ, ਪਰ ਬਾਲ ਬਾਲ ਕਰਜ਼ੇ ਚ ਡੁੱਬ ਗਿਆ ਹੁਣ। ਠੀਕ ਆ ਬਾਪੂ, ਤੂੰ ਪੈਸੇ ਨਹੀਂ ਦੇਖੀ ਵੀ ਕੀ ਬਣਦਾ ਹੁਣ।
ਹਾਂ ਕੋਈ ਨਹੀਂ ਬਾਪੂ, ਤੇ ਕੋਈ ਨਹੀਂ ਫਿਰ ਮੈਂ ਪੈਸੇ ਉਹਨੂੰ ਸੰਭਾਲ ਲੈਂਦਾ, ਹੁਣੇ ਹੁਣ ਜਾਣਾ ਨਾ ਬਾਹਰ, ਫਿਰ ਉਹਦੇ ਬਾਅਦ ਫਿਰ ਮੈਨੂੰ ਵੀ ਉਹ ਲੈ ਕੇ ਜਾਊਗੀ ਬਾਹਰ। ਹੁਣ ਤਾਂ ਫਿਰ ਆਪਾਂ ਬਾਹਰ ਵਾਲੇ ਵੱਜਾਂਗੇ ਬਾਪੂ, ਬਾਹਰ ਵਾਲੇ ਵੱਜਾਂਗੇ ਸਹੀ ਪੁੱਤ, ਮੇਰਾ ਤਾਂ ਸਾਰਾ ਟੈਨਸ਼ਨ ਨਾ ਲੈ, ਬਾਹਰ ਵੱਜ ਜਾਣਾ ਮੈਂ, ਬਾਹਰ ਵਾਲੇ ਵੱਜਾਂਗੇ ਬਾਹਰ ਵਾਲੇ। ਠੀਕ ਹੈ ਚਲੋ ਕੋਈ ਨਹੀਂ, ਬਸ ਆ ਮੈਂ ਉਹਨੂੰ ਦੇਖਿਆ। ਹਾਲੋ ਜੀ ਪੈਸੇ, ਚੱਲ ਬਸ ਮੈਂ ਹੁਣ ਨਾ ਬਾਹਰ ਚੱਲ ਜਾਣਾ, ਫਿਰ ਮੈਂ ਤੈਨੂੰ ਬੁਲਾ ਲਾਂਗੀ ਉੱਥੇ, ਠੀਕ ਹੈ? ਬਸ ਫੋਨ ਫਾਨ ਕਰਦੇ ਰਹੋ ਜੀ ਮੈਨੂੰ, ਠੀਕ ਹੈ? ਠੀਕ ਹੈ, ਵੀਡੀਓ ਕਾਲ ਵੀ ਕਰਿਓ, ਪੱਕਾ? ਹਾਂਜੀ ਪੱਕਾ। ਚਲੋ ਠੀਕ ਹੈ ਜੀ, ਚਲੋ ਮੈਨੂੰ ਛੇਤੀ ਬੁਲਾਇਓ ਬਾਹਰ, ਠੀਕ ਹੈ? ਆਪਾਂ ਫਿਰ ਵਿਆਹ ਵੀ ਕਰਾਉਣਾ। ਹਾਂਜੀ ਠੀਕ। ਪੁੱਤਰਾ ਆ ਕੀ ਕਰ ਲਿਆ, ਉਹ ਤੂੰ ਮੈਨੂੰ ਦੱਸਤਾ ਦਿੰਦਾ ਜੇ ਕੋਈ ਗੱਲਬਾਤ ਹੋਈ ਸੀ। ਔਰ ਬਾਓਏ ਮੈਂ ਤਾਂ ਪੱਟਿਆ ਗਿਆ, ਓਏ ਮੈਂ ਤਾਂ ਪੱਟਿਆ ਗਿਆ ਓਏ ਰਬਾ, ਉਹ ਮੈਂ ਬੜਾ ਸਮਝਾਇਆ ਇਹਨੂੰ, ਬੜਾ ਸਮਝਾਇਆ ਵੀ ਨਾ ਕੰਮ ਕਰ ਨਾ ਕੰਮ ਕਰ, ਪਰ ਇਹ ਨਹੀਂ ਟਿਕਿਆ।